ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਸੇਵ ਗੁਰਦੁਆਰਾ ਐਂਡ ਟੈਂਪਲਸ ਆਫ ਪਾਕਿਸਤਾਨ ਪੰਜਾਬ ਪੇਜ ਦੀ ਹੈਰੀਟੇਜ ਆਫ ਪਾਕਿਸਤਾਨ ਔਰ ਖੋਰੇ ਸੱਚ ਸੰਤਾਲੀ ਦੇ ਚੌਦਾਂ ਅਗਸਤ ਨਜ਼ਦੀਕ ਹੈ ਅਗਸਤ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਅੱਜ ਅਗਸਤ ਦੀ 9 ਤਰੀਕ ਹੈ ਔਰ ਮੈਂ ਨਿਕਲਿਆ ਵਾਂ ਹਿਸਟਰੀ ਦੀ ਖੋਜ ਦੇ ਵਿੱਚ ਔਰ ਮੈਂ ਕੁਛ ਸੱਚ ਲੱਭਣ ਵਾਸਤੇ ਫਿਰ ਨਿਕਲਿਆ ਵਾਂ ਮੈਂ ਲੈ ਕੇ ਆਇਆ ਵਾਂ ਖੋਰੇ ਸੱਚ ਸੰਤਾਲੀ ਦੇ ਪਿੰਡ ਸੰਤਪੁਰਾ ਲੁਧਿਆਣਾ ਤੋਂ ਆਏ ਇੱਕ ਮਾਈਗ੍ਰੇਟਿਡ ਫੈਮਿਲੀ ਹੈ ਮੇਰਾ ਸਾਹਿਬ ਨਾਮ ਦੱਸੋ ਉਹਨਾਂ ਦਾ ਰਹਿਮਦੀਨ ਸਾਹਿਬ ਦਾ ਜਿਹੜਾ ਰਹਿਮਦੀਨ ਸਾਹਿਬ ਜਿਹੜੇ ਨੇ ਉਹ ਆਏ ਨੇ ਉੱਥੋਂ ਲੁਧਿਆਣੇ ਤੋਂ ਮਾਈਗ੍ਰੇਟ ਕਰਕੇ ਇਹ ਹਵੇਲੀ ਜਿਹੜੀ ਹੈ ਇਹਦੇ ਉੱਤੇ ਬਕਾਇਦਾ ਤੌਰ 'ਤੇ ਕੌਨਕਾਰ ਸਤਿਗੁਰ ਪ੍ਰਸਾਦ ਔਰ ਅੱਗੇ ਜਿਹੜੀ ਹਵੇਲੀ ਹੈ ਉਹਦਾ ਨਾਮ ਲਿਖਿਆ ਹੋਇਆ ਕਿਉਂਕਿ ਗੁਰਮੁਖੀ ਸਾਨੂੰ ਆਉਂਦੀ ਨਹੀਂ ਇਸ ਵਾਸਤੇ ਨਹੀਂ ਪਤਾ ਚੱਲ ਸਕਦਾ ਕਿ ਵੀ ਕਿਹਦਾ ਘਰ ਸੀ ਹੈ ਕਿਹਦੀ ਹਵੇਲੀ ਸੀ ਲੇਕਿਨ ਤੁਸੀਂ ਅਸੀਂ ਵੀਡੀਓ 'ਚ ਪਾਵਾਂਗੇ ਤੁਸੀਂ ਇਹਦੇ 'ਚ ਸਾਨੂੰ ਦੱਸਣਾ ਕਿ ਵੀ ਇਹ ਘਰ ਕਿਹਦਾ ਸੀ ਔਰ ਥੋੜ੍ਹੇ ਜਿਹੇ ਖੋਰੇ ਸੱਚ ਜਿਹੜੇ ਨੇ ਬਾਬਾ ਜੀ ਦੇ ਮੂੰਹ 'ਚੋਂ ਜਿਨ੍ਹਾਂ ਨੇ ਸੰਤਾਲੀ ਦਾ ਸਫ਼ਰ ਲੁਧਿਆਣੇ ਤੋਂ ਲੈ ਕੇ ਖਾਰੀਆਂ ਤੱਕ ਕੀਤਾ ਔਰ ਉਹ ਕੀ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਕੀ ਕੁਝ ਦੇਖਿਆ ਉਹ ਤੁਹਾਨੂੰ ਆਪਣੀ ਜ਼ਬਾਨੀ ਆਪ ਦੱਸਣਗੇ ਲੇਟ ਉੱਪਰ ਅਸਲਾਮ ਵਾਲੇਕੁਮ ਜੀ ਬਾਬਾ ਜੀ ਕੀ ਇਸਮ ਸ਼ਰੀਫ ਹੈ ਆਪਣਾ ਕੀ ਨਾਮ ਹੈ ਤੁਹਾਡਾ ਰਹਿਮਦੀਨ ਰਹਿਮਦੀਨ ਨਾਮ ਹੈ ਜੀ ਇਹਨਾਂ ਦਾ ਜ਼ਰਾ ਥੋੜ੍ਹਾ ਉੱਚਾ ਸੁਣਦੇ ਨੇ ਇਸ ਵਾਸਤੇ ਮੈਨੂੰ ਨਾਲ ਨਾਲ ਰਿਪੀਟ ਕਰਨਾ ਪੈਣਾ ਬਾਬਾ ਜੀ ਤੁਹਾਡੇ ਅੱਬੂ ਦਾ ਕੀ ਨਾਂ ਸੀ ਗੁਲਾਮਦੀਨ ਗੁਲਾਮਦੀਨ ਤੁਹਾਡਾ ਪਿੰਡ ਕਿਹੜਾ ਸੀ ਨੌ ਲੜੀ ਪਿੰਡ ਸੀ ਲੁਧਿਆਣਾ ਦੇ ਵਿੱਚ ਲੁਧਿਆਣਾ ਸਟੇਟ ਦੇ ਅੰਦਰ ਸੀ ਸਿਮਰਾਲਾ ਤਹਿਸੀਲ ਸਿਮਰਾਲਾ ਜੀ ਉੱਥੋਂ ਮਾਈਗ੍ਰੇਟ ਕਰਕੇ ਆਏ ਨੇ 1947 ਦੇ ਵਿੱਚ ਔਰ ਇਹਨਾਂ ਨੇ ਬਹੁਤ ਕੁਝ ਜਿਹੜਾ ਉਹ ਆਪਣੇ ਅੱਖਾਂ ਨਾਲ ਦੇਖਿਆ ਔਰ ਕਿਸ ਤਰੀਕੇ ਨਾਲ ਇੱਥੇ ਪੁੱਛੇ ਨੇ ਲੁੱਟੇ ਫੁੱਟੇ ਬਹੁਤ ਜ਼ਿਆਦਾ ਸਾਰੇ ਲੋਕ ਕਹਿੰਦੇ ਨੇ ਕਿ ਛੇ ਦਿਹਾੜੇ ਰੋਟੀ ਨਹੀਂ ਖਾਧੀ ਨਾ ਲੱਭੀ ਆ ਸਹੀ ਛੇ ਦਿਹਾੜੇ ਜੀ ਜੀ ਕੱਪੜਿਆਂ ਦਾ ਪਾਣੀ ਪੀਣਾ ਜੀ ਜੀ ਤੁਸੀਂ ਜੀ ਜੀ ਸਾਡਾ ਵੱਡਾ ਸਾਰਾ ਮਕਾਨ ਪਿੰਡ ਸੀ ਬਹੁਤ ਭਾਰੀ ਸੀ ਅੱਛਾ ਕਿੰਨੀ ਕੁ ਆਬਾਦੀ ਹੋਣੀ ਹੈ ਪਿੰਡ ਦੀ ਵਾਦੀ ਬੇਬਾਜ ਉਹ ਮਕਾਨ ਕਿਹੜਾ ਜਿਹਨੂੰ ਅੱਗ ਨਹੀਂ ਸੀ ਲੱਗੀ ਮੁਸਲਮਾਨਾਂ ਦਾ ਸਾਰੇ ਘਰ ਸਾੜ ਦਿੱਤੇ ਲੋਕੀ ਤੇ ਉੱਥੇ ਜਿਹੜੇ ਵਿੱਚੇ ਡੰਗਰ ਮਾਲ ਹਾਂਜੀ ਵਿੱਚੇ ਬੰਦੇ ਹਾਂਜੀ ਅਸੀਂ ਜਿਸਲੇ ਨਿਕਲੇ ਹਾਂ ਨਾ ਨਸੇ ਹਾਂ ਉਸ ਅੰਦਰੋਂ ਹਾਂਜੀ ਉਸਲੇ ਗਲੀਆਂ ਵਿੱਚ ਇਸ ਤਰ੍ਹਾਂ ਬੰਦੇ ਆਏ ਪਏ ਕੋਈ ਮੋਏ ਆ ਕੋਈ ਪਾਣੀ ਮੰਗਦਾ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਉਹਨਾਂ ਦੇ ਮੂੰਹ 'ਚ ਪਾਣੀ ਪਾਉਣ ਵਾਲਾ ਕੋਈ ਨਹੀਂ ਸੀ ਕੌਣ ਉਹਨਾਂ ਨੂੰ ਮੂੰਹ 'ਚ ਪਾਣੀ ਪਾਉਣਾ ਵਾ ਉਹਨਾਂ ਨੂੰ ਮਾਰਨੇ ਵਾਲੇ ਸੀ ਸਭ ਮਾਰਨੇ ਵਾਲੇ ਸਨ ਕੋਈ ਜਿਹੜਾ ਉਹ ਉਹਨਾਂ ਨੂੰ ਕੁਝ ਕਰਨ ਵਾਲਾ ਨਹੀਂ ਸੀ ਕੋਈ ਸੰਭਾਲਣ ਵਾਲਾ ਨਹੀਂ ਸੀ ਮੁਸਲਮਾਨਾਂ ਨੂੰ ਬੀਵੀਆਂ ਜਿਹੜੀਆਂ ਬੀਵੀਆਂ ਉਹ ਆਪਣੀ ਮਰਜ਼ੀ ਦੀਆਂ ਲੈ ਗਏ ਤੀਵੀਆਂ ਦੇ ਬਾਰੇ ਦੱਸਿਆ ਜਾ ਰਿਹਾ ਬਹੁਤ ਲੋਕ ਕਹਿੰਦੇ ਨੇ ਕਿ ਰਾਈਟਸ ਜਿਹੜੇ ਨੇ ਔਰਤਾਂ ਦੇ ਨਾਲ ਉੱਥੇ ਈਸਟ ਪੰਜਾਬ ਦੇ ਵਿੱਚ ਨਹੀਂ ਹੋਏ ਇਹ ਲਾਈਵ ਖੋਰੇ ਸੱਚ ਸੰਤਾਲੀ ਦੇ ਤੁਸੀਂ ਸੁਣ ਸਕਦੇ ਹੋ ਦੱਸਿਆ ਜਾ ਰਿਹਾ ਕਿ ਤੀਵੀਆਂ ਆਪਣੇ ਪਸੰਦ ਦੀਆਂ ਜਿਹੜੀਆਂ ਸਨ ਕੁੜੀਆਂ ਸਨ ਔਰਤਾਂ ਸੀ ਉਹਨਾਂ ਨੇ ਉੱਥੇ ਰੱਖ ਲਈਆਂ ਜ਼ਬਰਦਸਤੀ ਖੋ ਲਈਆਂ ਗੀਆਂ ਜ਼ਬਰਦਸਤੀ ਤੁਸੀਂ ਜਦੋਂ ਜਿਹੜਾ ਬੰਦਾ ਉਹਨਾਂ ਦਾ ਹਿੰਦੂਆਂ ਦਾ ਖੁੰਡੀ ਨਾਲ ਟੁੱਟਦਾ ਸੀ ਨਾ ਹਾਂਜੀ ਉਹਨੇ ਵੀ ਆਪਣੀ ਮਰਜ਼ੀ ਦੀ ਕੁਆਰੀ ਕੀਤੀ ਮੇਰਾ ਖਿਆਲ ਹੈ ਕਿ ਮੇਰੇ ਬਹੁਤ ਜ਼ਿਆਦਾ ਸਾਰੇ ਦੋਸਤ ਜਿਹੜੇ ਨੇ ਜਿਹੜੇ ਬਹੁਤ ਜ਼ਿਆਦਾ ਕਹਿੰਦੇ ਨੇ ਕਿ ਸਿਰਫ ਰਾਵਲਪਿੰਡੀ ਔਰ ਇਸਲਾਮਾਬਾਦ ਦੇ ਏਰੀਏ ਦੇ ਜਿਹੜੇ ਬਹੁਤ ਜ਼ਿਆਦਾ ਰਾਈਟਸ ਹੋਏ ਸਨ ਇਸ ਤਰ੍ਹਾਂ ਆਪਣੀ ਅੱਖਾਂ ਨਾਲ ਔਰ ਕੰਨਾਂ ਨਾਲ ਸੁਣਨ ਉਹਨਾਂ ਨੇ ਦੱਸਿਆ ਗਿਆ ਹੈ ਕਿ ਵੀ ਜਿਹੜਾ 47 ਦੇ ਵਿੱਚ ਬਹੁਤ ਜ਼ਿਆਦਾ ਸਾਰਾ ਕੁਛ ਐਸਾ ਹੋਇਆ ਜਿਹੜਾ ਕਿ ਨਹੀਂ ਸੀ ਹੋਣਾ ਚਾਹੀਦਾ ਬਾਬਾ ਜੀ ਆਓ ਜ਼ਰਾ ਅੰਦਰ ਚੱਲੇ ਹੋਰ ਇੱਕ
ਬਾਬਾ ਜੀ ਮਤਲਬ ਕਿ ਇਹ ਸਾਰੀ ਤੁਸੀਂ ਜਿਹੜੀ ਹੈ ਹਵੇਲੀ ਜਦੋਂ ਤੁਸੀਂ ਇੱਥੇ ਆਏ ਹੋ ਅਤੇ ਇੱਥੇ ਕੋਈ ਹੈ ਸੀ ਉਸ ਵੇਲੇ ਕੋਈ ਬੰਦਾ ਨਾ ਸਿੱਖ ਇੱਥੋਂ ਚਲੇ ਗਏ ਸੀ ਜੀ ਵਿਹਲੇ ਪਏ ਸੀ ਅੱਛਾ ਅੱਛਾ ਵਿਹਲੇ ਬਿਲਕੁਲ ਪਿਆ ਹੋਇਆ ਸੀ ਇਸ ਜਗ੍ਹਾ ਦੇ ਉੱਤੇ ਗੁਰਦੁਆਰੇ ਨੂੰ ਰਸਤਾ ਇੱਥੋਂ ਜਾਂਦਾ ਸੀ ਬਾਰੋ ਬਾਰ ਗੁਰਦੁਆਰੇ ਨੂੰ ਇੱਥੋਂ ਰਸਤਾ ਜਾਂਦਾ ਸੀ ਠੀਕ ਹੋ ਗਿਆ ਗੁਰਦੁਆਰੇ ਬਾਰੇ ਤੁਸੀਂ ਦੱਸ ਰਹੇ ਹੋ ਵੀ ਗੁਰਦੁਆਰਾ ਬੜਾ ਸੋਹਣਾ ਸੀ ਇੱਥੇ ਜਿਹੜਾ ਬਣਿਆ ਸੀ ਔਰ ਕਿਉਂ ਇਹ ਵਾਧੋ ਖਰਾਬ ਹੋਇਆ ਬਾਰਿਸ਼ਾਂ ਨਾਲ ਜਾਂ ਕਿਸੇ ਚੀਜ਼ ਨਾਲ ਕਿਸ ਤਰ੍ਹਾਂ ਬੇਸਾਂਭੀ ਲੋਕਾਂ ਨੇ ਪੱਟ ਪੁੱਟ ਲੈ ਗਏ ਚੀਜ਼ਾਂ ਪੱਟ ਕੇ ਅਤੇ ਆਪਣੇ ਜੀ ਅਤੇ ਇੱਥੇ ਇੱਥੇ ਦੁਬਾਰਾ ਹੀ ਆ ਬਾਹਰ ਬਾਹਰ ਉਹ ਉਹਨਾਂ ਮਕਾਨਾਂ ਨੂੰ ਜਾ ਲੱਗਦੀ ਸੀ ਇੱਥੇ ਬਗੀਚੇ ਆਏ ਤਿੰਨ ਚਾਰ ਖੂਹ ਆਏ ਕੁਛ ਯਾਦ ਹੈ ਖੂਹ ਦੇ ਨਾਮ ਕਿੰਨੀ ਜ਼ਮੀਨ ਸੀ ਇੱਥੇ ਇਹ ਨਹੀਂ ਰਕਬਾ ਤਾਂ ਹੁਣ ਵੀ ਕਾਫੀ ਨਜ਼ਰ ਆ ਰਿਹਾ ਸਾਰਾ ਨਾਲ ਨਾਲ ਜਿਹੜਾ ਕਿਉਂਕਿ ਜਦੋਂ ਵੀ ਸਿੱਖ ਕੋਈ ਗੁਰਦੁਆਰਾ ਬਣਾਉਂਦੇ ਸਨ ਤਾਂ ਉਹਦੇ ਨਾਲ ਚੰਗੀ ਚੌਖੀ ਜ਼ਮੀਨ ਹੁੰਦੀ ਸੀ ਅੱਛਾ ਤੁਸੀਂ ਇਹ ਦੱਸੋ ਜਦੋਂ ਉੱਥੋਂ ਨਿਕਲੇ ਹੋ ਆਪਣੇ ਪਿੰਡੋਂ ਨਿਕਲੇ ਹੋ ਥੋੜ੍ਹਾ ਨਾ ਉੱਚੋ ਜ਼ਰਾ ਬੋਲੋਗੇ ਆਪਣੇ ਪਿੰਡੋਂ ਨਿਕਲੇ ਹੋ ਤਾਂ ਤੁਸੀਂ ਪਿੰਡੋਂ ਕਿੰਨੇ ਵਜੇ ਨਿਕਲੇ ਹੋ ਔਰ ਤੁਸੀਂ ਕੀ ਦੇਖਿਆ ਔਰ ਕਿੰਨੀ ਦੇਰ 'ਚ ਤੁਸੀਂ ਫਿਰ ਪਹੁੰਚੇ ਹੋ ਮੈਂ ਤੁਹਾਨੂੰ ਦੱਸਿਆ ਨਾ ਕੈਂਪ ਲੱਗਦੇ ਕਿਸੇ ਸ਼ਹਿਰਾਂ 'ਚ ਵੱਡੇ ਵੱਡੇ ਤੁਸੀਂ ਪਹਿਲੇ ਕਿਹੜੇ ਕੈਂਪ 'ਚ ਗਏ ਉੱਥੋਂ ਆਪਣੇ ਪਿੰਡ ਤੋਂ ਅੰਬਾਲੇ ਅੰਬਾਲਾ ਆਏ ਸਨ ਅੰਬਾਲਾ ਜਿਹੜਾ ਮੇਨ ਕੈਂਪ ਲੱਗਾ ਸੀ ਉੱਥੇ ਆਏ ਸਨ ਜੀ ਅਤੇ ਫਿਰ ਤੁਸੀਂ ਅੱਗੇ ਕਿੱਥੇ ਨਿਕਲੇ ਅੱਗੇ ਫਿਰ ਅੰਬਾਲੇ ਟੁੱਟਦੇ ਆਏ ਕੋਈ ਪੈਦਲ ਪੈਦਲ ਦੱਸ ਰਹੇ ਨੇ ਕਿ ਅੰਬਾਲੇ ਤੋਂ ਅਸੀਂ ਪੈਦਲ ਟੁਰਦੇ ਟੁਰਦੇ ਆਏ ਹਾਂ ਜੀ ਜੀ ਅੱਛਾ ਅੰਬਾਲੇ ਤੋਂ ਤੁਸੀਂ ਜਦੋਂ ਪੈਦਲ ਟੁਰੇ ਹੋ ਤੁਸੀਂ ਕਿੰਨੇ ਦਿਨਾਂ ਦੇ ਵਿੱਚ ਪਹੁੰਚੇ ਹੋ ਲਾਹੌਰ 14 ਦਿਨਾਂ ਬਾਅਦ ਲਾਹੌਰ ਪਹੁੰਚੇ ਹੋ ਲਾਹੌਰ ਕੈਂਪ ਦੇ ਵਿੱਚ 14 ਦਿਨਾਂ ਬਾਅਦ ਹੈ ਪਹੁੰਚੇ ਨੇ ਮੈਂ ਇਸ ਕਰਕੇ ਸਾਰੀ ਡਿਸਟਰਬਨੈਂਸ ਜੇ ਵੋ ਮੇਰਾ ਕੋਈ ਪ੍ਰੋਗਰਾਮ ਪ੍ਰੀ ਪਲੈਨ ਨਹੀਂ ਹੁੰਦਾ ਮੈਂ ਜਿੱਥੇ ਜਾਣਾ ਵਾਂ ਜਿਸ ਤਰ੍ਹਾਂ ਜਾਣਾ ਵਾਂ ਜਿਸ ਤਰ੍ਹਾਂ ਦਾ ਸੱਚ ਹੁੰਦਾ 47 ਦੇ ਹਵਾਲੇ ਦੇ ਨਾਲ ਮੈਂ ਉਸੇ ਤਰ੍ਹਾਂ ਤੁਹਾਡੇ ਸਾਹਮਣੇ ਲੈ ਕੇ ਆਉਂਦਾ ਵਾਂ ਕੋਈ ਬਣੀ ਬਣਾਈ ਸਟੋਰੀ ਨਹੀਂ ਹੁੰਦੀ ਮੇਰੀ ਕੋਈ ਔਰਗਨਾਈਜ਼ ਸਟੋਰੀ ਨਹੀਂ ਹੁੰਦੀ ਤਮਾਮ ਸਟੋਰੀ ਸੱਚ ਦੀ ਬੇਸ 'ਤੇ ਹੁੰਦੀਆਂ ਨੇ ਹਮੇਸ਼ਾ ਸੱਚ ਜਿਹੜਾ ਖੋਰਾ ਸੱਚ ਹੁੰਦਾ ਉਹ ਇਸੇ ਤਰ੍ਹਾਂ ਹੀ ਨੱਪਿਆ ਜਾਂਦਾ ਕਿ ਉਹਨੂੰ ਅਚਾਨਕ ਪੁੱਛਿਆ ਜਾਏ ਔਰ ਉਹ ਅਚਾਨਕ ਕੋਈ ਦੱਸੇ ਅਤੇ ਫਿਰ ਜਾ ਕੇ ਪਤਾ ਚੱਲਦਾ ਕਿ ਕਿਸੇ ਨਾਲ ਕੀ ਬੀਤੀ ਹੈ ਜਿਨ੍ਹਾਂ ਲੋਕਾਂ ਨੂੰ ਪਲੇਟ 'ਚ ਰੱਖ ਕੇ ਪਾਕਿਸਤਾਨ ਮਿਲਿਆ ਉਹਨਾਂ ਲੋਕਾਂ ਨੂੰ ਪਾਕਿਸਤਾਨ ਦੀ ਕਦਰ ਨਹੀਂ ਹੈ ਔਰ 47 ਦਾ ਕੁਝ ਪਤਾ ਨਹੀਂ ਹੈ ਕਿ 47 ਦੇ ਵਿੱਚ ਕੀ ਹੋਇਆ ਇਹ ਬਜ਼ੁਰਗਾਂ ਦੀ ਕਹਾਣੀ ਤੁਸੀਂ ਸੁਣੋ ਕਿ ਵੀ ਕੀ ਕੁਝ ਹੋਇਆ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਆਉਂਦੇ ਹੋ ਲਾਹੌਰ ਆਏ ਹੋ ਅਤੇ ਤੁਸੀਂ ਦੱਸਿਆ ਕਿ 6 ਦਿਨ ਤੁਸੀਂ ਰਸਤੇ 'ਚ ਭੁੱਖੇ ਪਾਣੇ ਔਰ ਕੋਈ ਰਸਤੇ ਦੇ 'ਚ ਕੋਈ ਟਹਿਲ ਸੇਵਾ ਕਿਸੇ ਦੀ ਨਹੀਂ ਜਿਹੜੀ ਹੈ ਉਹ ਹੋਈ ਅਤੇ ਤੁਸੀਂ ਕੀ ਤੁਸੀਂ ਦੱਸ ਰਹੇ ਸੋ ਕਿ ਵੀ ਕਾਫੀ ਕਤਲੇ ਆਮ ਤੁਸੀਂ ਦੇਖਿਆ ਔਰ ਸਾਰਾ ਕੁਝ ਦੇਖਿਆ ਦੱਸ ਕੁਛ ਉਸਦੇ ਬਾਰੇ ਦੱਸੋਗੇ ਨਹੀਂ ਕੋਈ ਤੁਸੀਂ ਜੋ ਦੇਖਿਆ ਜੋ ਵੀ ਤੁਹਾਨੂੰ ਨਜ਼ਰ ਆਇਆ ਸੀ ਉਸ ਵੇਲੇ ਉਹ ਦੱਸੋ ਤੁਸੀਂ ਤੁਸੀਂ ਉਹ ਪਿੰਡ ਦਾ ਵਾਕਿਆ ਦੱਸੋ ਨਾ ਜਦੋਂ ਦੱਸ ਰਹੇ ਸੀ ਕਿ ਇੱਕ ਪਿੰਡ ਜਿਹੜਾ ਸੀ ਸਾਡਾ ਮੁਸਲਮਾਨਾਂ ਦਾ ਸੀ ਔਰ ਬਾਕੀ ਸਾਰੇ ਪਿੰਡ ਜਿਹੜੇ ਲਾਗੇ ਸੀ ਉਹ ਖੱਤਰੀਆਂ ਦੇ ਪਿੰਡ ਸਨ ਖੱਤਰੀਆਂ ਦੇ ਨਹੀਂ ਉਹ ਸਲਾਹ ਕਰ ਲੈਂਦੇ ਸੀ ਬਹਿ ਕੇ ਸ਼ਾਮ ਨੂੰ ਠੀਕ ਹੈ ਸ਼ਾਮੀ ਬਹਿ ਕੇ ਸਲਾਹ ਕਰਦੇ ਸਨ ਵੀ ਸਵੇਰੇ ਪੁਰਾਣੇ ਪਿੰਡ ਨੂੰ ਪੈਣਾ ਜੀ ਰਲ ਕੇ ਦੱਸਿਆ ਜਾ ਰਿਹਾ ਕਿ ਜਿੱਥੇ ਜਿਹੜੇ ਨੇ ਰਲ ਕੇ ਆਉਂਦੇ ਸਨ
ਔਰ ਰਲ ਕੇ ਵੜ ਕੁੱਟ ਕਰਦੇ ਸਨ। ਪਹਿਲੇ ਸ਼ਾਮ ਨੂੰ ਪਲਾਨਿੰਗ ਹੁੰਦੀ ਸੀ ਕਿ ਸਵੇਰੇ ਕਿਹੜੇ ਪਿੰਡ ਮੁਸਲਮਾਨਾਂ ਦੇ ਪਿੰਡਾਂ ਦੇ ਉੱਤੇ ਹਮਲਾ ਕਰਨਾ। ਆਖਿਰ ਤੁਸੀਂ ਜਿਸ ਪਿੰਡ 'ਚ ਰਹਿੰਦੇ ਸੀ ਉੱਥੇ ਹੋਰ ਮਜ਼ਹਬਾਂ ਦੇ ਲੋਕ ਹੁੰਦੇ ਸਨ, ਤੁਹਾਡਾ ਖੱਤਰੀ ਸਨ, ਬ੍ਰਾਹਮਣ ਵੀ ਸਨ? ਅੱਛਾ, ਤੁਹਾਡਾ ਭਾਈਚਾਰਾ ਕਿੰਨਾ ਨਾਲ ਸੀ? ਕੋਈ ਭਾਈਚਾਰਾ ਨਹੀਂ ਸੀ ਕਿਸੇ ਦੇ ਨਾਲ, ਠੀਕ ਹੈ। ਤੁਸੀਂ ਉਸ ਵੇਲੇ ਹਲੇ ਮਤਲਬ ਛੋਟੇ ਸੋ, ਇੰਨੀ ਤੁਹਾਡੀ ਉਸ ਵੇਲੇ ਉਮਰ ਨਹੀਂ ਸੀ, ਲੇਕਿਨ ਤੁਸੀਂ ਇੱਕ ਗੱਲ ਮੈਨੂੰ ਤੁਸੀਂ ਦੱਸੀ ਹੈ ਕਿ ਵੀ ਬੜਾ ਬੜਾ ਕੁਝ ਐਸਾ ਹੋਇਆ ਕਿ ਜਿਹੜਾ ਨਹੀਂ ਹੋਣਾ ਚਾਹੀਦਾ ਸੀ, ਕਿ ਉੱਧਰੋਂ ਬੀਬੀਆਂ ਜਦੋਂ ਆਈਆਂ ਅਤੇ ਉਹਨਾਂ ਨੂੰ ਖੋਹ ਲਿਆ ਗਿਆ, ਲੈ ਲਈਆਂ ਗਈਆਂ ਆਪਣੀ ਪਸੰਦ ਦੀਆਂ ਔਰਤਾਂ ਉਹਨਾਂ ਨੇ ਵਿੱਚੋਂ ਚੁਣ ਲਈਆਂ, ਔਰ ਉਹਨਾਂ ਨੇ ਦੱਸਿਆ ਕਿ ਜਿਹੜੇ ਬੰਦੇ ਨੂੰ ਤੁਰਨਾ ਨਹੀਂ ਸੀ ਹੁੰਦਾ, ਖੁੰਡੀ ਫੜ ਕੇ ਤੁਰਦੇ ਸਨ, ਉਹਨਾਂ ਨੇ ਵੀ ਮੁਸਲਮਾਨ ਲੜਕੀਆਂ ਜਿਹੜੀਆਂ ਨੇ ਉੱਥੇ ਫੜ ਲਈਆਂ। ਅਤੇ ਬਾਬਾ ਜੀ, ਤੁਸੀਂ ਕੀ ਸਮਝਦੇ ਹੋ ਕਿ ਤੁਸੀਂ ਉੱਥੋਂ ਜਦੋਂ ਆਏ ਹੋ, ਆਇਆ ਕਿ ਅਗਰ ਪਾਕਿਸਤਾਨ ਨਾ ਬਣਦਾ ਤਾਂ ਫਿਰ ਵੀ ਇਹੀ ਹਾਲ ਹੋਣਾ ਸੀ ਮੁਸਲਮਾਨਾਂ ਦਾ? ਕੀ ਪਤਾ ਸੀ ਨਾ। ਸਹੀ, ਬਿਲਕੁਲ ਠੀਕ ਹੈ। ਅਤੇ ਫਿਰ ਤੁਸੀਂ ਇੱਥੇ ਕਿਸ ਤਰ੍ਹਾਂ ਪਹੁੰਚੇ, ਇਸ ਜਗ੍ਹਾ ਦੇ ਉੱਤੇ ਸੰਤਪੁਰੇ 'ਚ ਕਿਵੇਂ ਆਏ? ਸਾਡਾ ਕੈਂਪ ਲੱਗਾ ਨਾ ਕਸੂਰ। ਕਸੂਰ ਲੱਗਾ ਜੀ ਕੈਂਪ ਇਹਨਾਂ ਦਾ, ਫਿਰ ਕਸੂਰੋਂ ਫਿਰ ਇੱਥੇ। ਕਸੂਰੋਂ ਤੁਹਾਨੂੰ ਜ਼ਮੀਨਾਂ ਇੱਥੇ ਪਈਆਂ ਸੀ, ਤੁਹਾਨੂੰ ਇਹ ਇਹ ਹਵੇਲੀ ਜਿਹੜੀ ਹੈ ਇਹਨੂੰ ਕੀ ਹਵੇਲੀ ਕਹਿੰਦੇ ਸੀ? ਮੈਂ ਇੱਧਰ ਠਹਿਰ ਕੇ ਆਇਆ ਸੀ, ਮੈਨੂੰ ਪਤਾ ਨਹੀਂ। ਅੱਛਾ, ਤੁਹਾਡੇ ਵਾਲਦ ਸਾਹਿਬ ਨੂੰ ਸੀ। ਇਹ ਦੱਸ ਰਹੇ ਨੇ ਕਿ ਮੇਰੀ ਬਹੁਤ ਜ਼ਿਆਦਾ ਹੋਸ਼ ਨਹੀਂ ਸੀ, ਲੇਕਿਨ ਮੈਂ ਆਪਣੀਆਂ ਅੱਖਾਂ ਦੇ ਨਾਲ ਜਿਹੜੇ ਰਾਸ਼ ਨੇ ਉਹ ਬਹੁਤ ਜ਼ਿਆਦਾ ਦੇਖੇ ਨੇ, ਗੋਲੀਆਂ ਚੱਲਦੀਆਂ ਦੇਖੀਆਂ, ਬੰਦੇ ਮਰਦੇ ਦੇਖੇ, ਔਰ ਰਸਤੇ ਮੈਂ ਕਹਿੰਦਾ ਵੀ ਗਲੀਆਂ ਵਿੱਚ ਇਸ ਤਰ੍ਹਾਂ ਆਏ ਪਏ ਪੈਰ ਧਰਨੇ ਦੀ ਜਗ੍ਹਾ ਕੋਈ ਨਹੀਂ, ਪਾਣੀ ਪੀਣੇ ਜੋ ਨਹੀਂ ਸੀ ਲੱਗਦਾ, ਤਲਾਮ ਹੁੰਦੀ ਸੀ ਨਾ, ਅਤੇ ਮਾੜਾ ਬੰਦਾ ਇਹਨੇ ਤਾਂ ਕੁੰਡੀ ਚਾੜਨੀ ਇਹਨੇ ਵਿਹੜੇ 'ਚ ਵੜ ਕੇ। ਹਾਂਜੀ, ਕੁੰਡੀ ਉਹਨਾਂ ਨੇ ਪੈਟਰੋਲ ਸੱਟ ਕੇ, ਉਹ ਕਿਹੜਾ ਮਕਾਨ ਹੈ ਜਿਹਨੂੰ ਅੱਗ ਨਹੀਂ ਲੱਗਦੀ, ਫਿਰ ਬੱਚੇ ਮੰਗਦੇ ਪਾਣੀ, ਬੱਚਿਆਂ ਨੂੰ ਦੇਖਦੀਆਂ ਕਹਿੰਦੀਆਂ ਸੀ ਵੀ ਅਸੀਂ ਬੱਚਣਾ ਧੋਲ ਕੇ ਨਹੀਂ ਵਿਛਾਉਂਦੇ। ਦੱਸਿਆ ਜਾ ਰਿਹਾ, ਮੈਨੂੰ ਬਹੁਤ ਆਸਥਾ ਜੀ ਆਵਾਜ਼ ਨਾਲ ਦੱਸ ਰਹੇ ਨੇ ਕਿ ਜ਼ਿਆਦਾ ਆਵਾਜ਼ ਬਾਹਰ ਨਾ ਜਾਵੇ, ਕਿ ਮੈਂ ਕੀ ਅਲਫਾਜ਼ ਇਸਤੇਮਾਲ ਕਰਾਂ ਜਾਂ ਨਾ ਕਰਾਂ, ਉਸ ਚੀਜ਼ ਦੇ ਮੁਤਲਕ ਦੱਸਿਆ ਜਾ ਰਿਹਾ ਕਿ ਮੁਸਲਮਾਨ ਔਰਤਾਂ ਜਿਹੜੀਆਂ ਸੀ ਆਪਣੇ ਬੱਚਿਆਂ ਨੂੰ ਕਹਿੰਦੀਆਂ ਸੀ ਕਿ ਆਪਣਾ ਪਿਸ਼ਾਬ ਕਰੋ ਔਰ ਖੁਦ ਤੁਸੀਂ ਪੀ ਲਓ, ਪਾਣੀ ਨਾ ਮੰਗੋ, ਕਿ ਬਾਹਰ ਜਿਹੜੇ ਨੇ ਜਿੱਥੇ ਖਲੋਤੇ ਨੇ ਦਰਵਾਜ਼ੇ ਬੰਦ ਕੀਤੇ ਸੀ, ਔਰ ਉੱਤੋਂ ਪੈਟਰੋਲ ਦੀਆਂ ਭਰੀਆਂ ਬੋਤਲਾਂ ਸੁੱਟ ਕੇ ਅਤੇ ਅੱਗ ਲਾਈ ਜਾਂਦੀ ਸੀ, ਔਰ ਕਿਹੜਾ ਕਾਰ ਐਸਾ ਸੀ ਜਿਹਨੂੰ ਅੱਗ ਨਹੀਂ ਲਾਈ ਗਈ? ਅੱਗ ਨਹੀਂ ਸੁੱਟਦੀ, ਇੰਝ ਲੱਗਦੀ ਜੇਕਰ ਸਮਾਨ ਨਹੀਂ ਜਾਂਦਾ ਭਾਂਬੜ, ਇੰਨੀ ਅੱਗ ਸੀ, ਇੰਨੀ ਅੱਗ। ਮੇਰੇ ਉਹ ਦੋਸਤ ਜਿਹੜੇ ਕਹਿੰਦੇ ਨੇ, ਅੱਜ ਵੀ ਕਹਿੰਦੇ ਨੇ ਅਖੰਡ ਪੰਜਾਬ ਦੀ ਗੱਲ ਤਾਂ ਕਰਦੇ ਨੇ, ਲੇਕਿਨ ਅਖੰਡ ਪੰਜਾਬ ਦੇ ਵਿੱਚ ਕੀ ਅਸੀਂ ਦੁਬਾਰਾ ਇਸ ਤਰ੍ਹਾਂ ਰਹਿ ਸਕਦੇ ਸੀ, ਜਾਂ ਉਹ ਜਿਹੜਾ ਮਹਾਨ ਭਾਰਤ ਜਿਹਦਾ ਨਾਮ ਲੈਣ ਲੱਗੇ ਹਾਂ, ਲੋਕ ਬੜੇ ਖੁਸ਼ ਹੁੰਦੇ ਨੇ ਔਰ ਦੱਸਦੇ ਨੇ ਕਿ ਪਾਕਿਸਤਾਨ ਨੂੰ ਹਿੰਦੁਸਤਾਨ ਦੇ ਨਾਲ ਜੁੜ ਜਾਣਾ ਚਾਹੀਦਾ, ਉਹਨਾਂ ਨੂੰ ਇਹ ਗੱਲਾਂ ਜ਼ਰਾ ਹੋਰ ਨਾ ਸੁਣ ਲੈਣੀਆਂ ਚਾਹੀਦੀਆਂ ਨੇ, ਜਿਹੜੇ ਕਹਿੰਦੇ ਸੀ ਕਿ ਅਸੀਂ ਤਾਂ ਬੜੀਆਂ ਜਗ੍ਹਾ ਦੇ ਉੱਤੇ ਜਨਾਬੇ ਲਈ ਖੂਹ ਲਾਏ ਔਰ ਲੋਕਾਂ ਨੂੰ ਪਬਲੀਕੇਸ਼ਨਸ ਕੀਤੀਆਂ ਔਰ ਇੰਝ ਕੀਤਾ ਉਂਝ ਕੀਤਾ, ਠੀਕ ਹੈ ਕੀਤਾ, ਲੇਕਿਨ ਤੁਸੀਂ ਇਹ ਦਰਦਨਾਕ ਕਹਾਣੀ ਜਿਹੜੀ ਹੈ ਤੁਸੀਂ ਸੁਣੀ ਹੈ ਇਹਨਾਂ ਦੀ, ਕਰਮਦੀਨ ਸਾਹਿਬ ਦੀ ਸੁਣੀ ਹੈ, ਰਹਿਮਦੀਨ ਸਾਹਿਬ ਦੀ, ਕਿ ਰਹਿਮਦੀਨ ਸਾਹਿਬ ਕਹਿ ਰਹੇ ਨੇ ਕਿ ਬਈ ਪਾਣੀ ਪਿਲਾਉਣ ਵਾਸਤੇ ਕੋਈ ਬੰਦਾ ਨਹੀਂ ਸੀ ਰਸਤੇ ਦੇ ਵਿੱਚ, ਕੋਈ ਵੀ ਐਸਾ ਨਹੀਂ ਸੀ, ਔਰ ਤਮਾਮ ਜਿਹੜੇ ਨੋਨ ਮੁਸਲਿਮ ਸਨ ਤਮਾਮ ਦੇ ਤਮਾਮ ਮੁਸਲਮਾਨਾਂ ਦੇ ਉਸ ਵੇਲੇ ਦੁਸ਼ਮਣ ਸਨ, ਔਰ ਲੱਭ ਲੱਭ ਕੇ ਮੁਸਲਮਾਨਾਂ ਨੂੰ ਮਾਰਿਆ ਜਾ ਰਿਹਾ ਸੀ। ਮੈਂ ਇਸ ਲਈ ਖੁਦ ਗੱਲ ਕਰ ਰਿਹਾ ਹਾਂ ਕਿਉਂਕਿ ਉਹਨਾਂ ਦੀ ਆਵਾਜ਼ ਥੋੜ੍ਹੀ ਘੱਟ ਹੈ ਔਰ ਉੱਚਾ ਸੁਣਦੇ ਨੇ, ਫਿਰ ਉਹ ਜਵਾਬ ਜਿਹੜਾ ਥੋੜ੍ਹਾ ਨਾ। ਹੋਰ ਤੁਸੀਂ ਮੈਨੂੰ ਇਹ ਦੱਸੋ ਕਿ ਵੀ ਤੁਹਾਡੀ ਉੱਥੇ ਘਰ ਜਿਹੜਾ ਤੁਹਾਨੂੰ ਯਾਦ ਹੈ, ਅਗਰ ਤੁਸੀਂ ਅੱਜ ਆਪਣਾ ਘਰ ਵੇਖੋ ਤਾਂ ਤੁਹਾਨੂੰ ਯਾਦ ਆ ਜਾਏਗਾ? ਪਛਾਣਿਆ ਨਹੀਂ ਜਾਂਦਾ, ਨਹੀਂ ਘਰ ਨਹੀਂ ਪਛਾਣਿਆ ਜਾਏਗਾ? ਤੇ ਇਤਨਾ ਪਤਾ ਮੈਂ ਇਤਨਾ ਵਾਕਫ ਹੈ, ਜਿਕਣਾ ਦਲ ਤਰੇ ਘਰ ਨੇ ਨਾ, ਇਹਨਾਂ ਦਾ ਵਾਕਫ ਹੈ ਹੋਰ ਪਿੰਡ ਦਾ ਨਹੀਂ। ਅੱਛਾ, ਇੱਥੇ ਆ ਕੇ ਵੀ ਇਹਨਾਂ ਨੂੰ ਉਹ ਸਦਮੇ ਜਿਹੜੇ ਨੇ ਹਲੇ ਤੱਕ ਨਹੀਂ ਭੁੱਲੇ, ਔਰ ਉਹ ਕਹਿ ਰਹੇ ਨੇ ਕਿ ਮੈਨੂੰ ਇਹ 3-4 ਘਰਾਂ ਤੋਂ ਇਲਾਵਾ ਪਿੰਡ ਦਾ ਮੈਨੂੰ ਬਿਲਕੁਲ ਨਹੀਂ ਪਤਾ, ਆਪਣੇ 3-4 ਘਰਾਂ ਦਾ ਪਤਾ, ਬਸ ਮੈਂ ਇੱਥੇ ਹੀ ਜ਼ਿਆਦਾ ਰਹਿੰਦਾ ਵਾਂ। ਅਤੇ ਦੂਸਰਾ ਤੁਸੀਂ ਮੈਨੂੰ ਇਹ ਦੱਸੋ ਕਿ ਵੀ ਜਦੋਂ ਤੁਸੀਂ ਆਖਰ ਉੱਥੇ ਕੋਈ ਸਕੂਲ ਜਾਂਦੇ ਸੋ? ਨਹੀਂ, ਹਲੇ ਛੋਟੇ ਸੀ, ਤੁਸੀਂ ਸਕੂਲ ਨਹੀਂ ਸੀ ਤੁਸੀਂ ਜਾਂਦੇ, ਅਤੇ ਤੁਹਾਨੂੰ ਕੀ ਕਣ ਕੋਈ ਜਿਹੜਾ ਕੋਈ ਆਪਣੇ ਬਚਪਨ ਦੀ ਕੋਈ ਗੱਲ ਯਾਦ ਆਉਂਦੀ ਹੈ, ਜਿਹੜੀ ਉੱਥੇ ਆਪਣੇ ਘਰ ਦੀ ਕੋਈ ਘਰ ਦੇ 'ਚ ਕੋਈ ਬੂਟਾ ਲੱਗਾ ਜਾਂ ਕੋਈ ਡੰਗਰ ਵੱਛੇ, ਤੁਸੀਂ ਕੋਈ ਘਰ ਹੁੰਦਾ ਸੀ ਤੁਹਾਡੇ? ਡੰਗਰ ਵੱਛਾ, ਕਿੰਨੇ ਤੁਹਾਡੇ ਡੰਗਰ ਵੱਛਾ ਸੀ ਘਰ ਦੇ ਵਿੱਚ? ਢੱਗੇ, ਮੱਝਾਂ,
ਦੋ ਚਾਰ ਢੱਗੇ ਮੱਝਾਂ ਸਾਡੀਆਂ ਜ਼ਮੀਨ ਵੀ ਹੋਏਗੀ ਫਿਰ ਤੇ ਢੱਗੇ ਜ਼ਮੀਨ ਵੀ ਆਈ ਅੱਛਾ ਤੋ ਵਾਈ ਬੀਜੀ ਕਰਦੇ ਸੋ ਠੀਕ 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 ਤੇ ਅਖੀਰ ਬੰਦੇ ਨੂੰ ਆਪਣੀ ਮਿੱਟੀ ਤੇ ਯਾਦ ਆਉਂਦੀ ਹੈ ਲੁਧਿਆਣਾ ਤੇ ਯਾਦ ਆਉਂਦਾ ਲੁਧਿਆਣੇ ਦੇ ਬਹੁਤ ਲੋਕ ਨੇ ਮੇਰੇ ਦੋਸਤ ਨੇ ਫਿਰ ਤੁਸੀਂ ਦੁਬਾਰਾ ਰਿਪੀਟ ਕਰੋ ਜ਼ਰਾ ਆਪਣੇ ਪਿੰਡ ਦਾ ਨਾਮ ਚਲੋ ਕੋਈ ਅਗਰ ਕੋਈ ਦੋਸਤ ਸੁਣ ਰਿਹਾ ਉੱਥੇ ਦਾ ਤੇ ਸਾਨੂੰ ਉੱਥੇ ਦੀ ਉਸ ਪਿੰਡ ਦੀ ਜਿਹੜਾ ਜਿਹੜੀ ਨਲੜੀ ਦੇ ਕੋਈ ਵੀਡੀਓ ਜਾਂ ਕੋਈ ਤਸਵੀਰ ਐਸੀ ਭੇਜੋ ਅਸੀਂ ਬਜ਼ੁਰਗਾਂ ਨੂੰ ਦਿਖਾਈਏ ਸ਼ਾਇਦ ਹੋ ਸਕਦਾ ਆਪਣਾ ਪਿੰਡ ਵੇਖ ਕੇ ਇਹਨਾਂ ਦਾ ਰੂਹ ਤਾਜ਼ਾ ਹੋ ਜਾਏ ਆਪਣੀ ਮਿੱਟੀ ਦੀ ਵੀ ਖੁਸ਼ਬੂ ਹੈ ਲੈ ਲਵਣ ਤਸਵੀਰਾਂ ਦੇ ਰਾਹੀਂ ਅਤੇ ਰਹਿਮਦੀਨ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਆਪਣਾ ਟਾਈਮ ਦਿੱਤਾ ਤੁਸੀਂ ਤਬੀਅਤ ਵੀ ਤੁਹਾਡੀ ਠੀਕ ਨਹੀਂ ਤੁਸੀਂ ਬਹਿ ਵੀ ਨਹੀਂ ਸਕਦੇ ਜ਼ਿਆਦਾ ਲੇਕਿਨ ਬੜੀ ਖੁਸ਼ੀ ਹੋਈ ਕਿ ਤੁਸੀਂ ਸੱਚ ਦੱਸਿਆ ਜੋ ਲੋਕ ਕਹਿੰਦੇ ਨੇ ਕਿ ਵੀ ਉੱਥੋਂ ਲੋਕ ਬੜੇ ਆਰਾਮ ਨਾਲ ਆ ਗਏ ਨੇ ਉਹਨਾਂ ਨੂੰ ਕੁਛ ਵੀ ਨਹੀਂ ਹੋਇਆ ਕਿਸੇ ਨੇ ਕੱਖ ਵੀ ਨਹੀਂ ਕਿਹਾ ਜਦੋਂ ਤੁਸੀਂ ਆ ਰਹੇ ਸੀ ਤੁਹਾਡੇ ਨਾਲ ਕਿਸੇ ਬੰਦੇ ਨੂੰ ਤੁਹਾਡੇ 'ਚੋਂ ਕੋਈ ਕੋਈ ਲੋਕ ਜਿਹੜੇ ਸੀ ਉਹ ਮਾਰੇ ਗਏ ਕੋਈ ਨਹੀਂ ਮਾਰੇ ਨਹੀਂ ਹੁਣ ਜੋ ਪੀਜ਼ਾ ਹਥਿਆਰ ਖੋਲ ਲੈਂਦੇ ਸੀ ਜਿਹੜੇ ਮੁਸਲਮਾਨ ਕੋਲ ਹਥਿਆਰ ਰਹੇ ਨੇ ਉਹ ਖੋਲ ਲੈਂਦੇ ਠੀਕ ਹੈ ਧੱਕਾਬਾਜ਼ੀ ਵੀ ਕਰਦੇ ਸੀ ਸਮਾਨ ਖੋਹ ਲੈਂਦੇ ਸੀ ਜੇਵਰਾਤ ਖੋਹ ਲੈਂਦੇ ਸੀ ਜੇ ਕੋਈ ਜਵਾਨ ਕੁੜੀ ਹੈ ਤਾਂ ਉਹ ਵੀ ਖੋਹ ਲਿੱਤੀ ਜਾਂਦੀ ਸੀ ਇਹ ਸਨ ਖੋਰੇ ਸੱਚ 47 ਦੇ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਫਿਰ ਲੈ ਕੇ ਆਵਾਂਗਾ ਕਿਸੇ ਹੋਰ ਜਗ੍ਹਾ ਤੋਂ ਇਹ ਜਗ੍ਹਾ ਤੁਸੀਂ ਸੰਤਪੁਰੇ ਤੋਂ ਖਾਰੀਆਂ ਤੋਂ ਤਕਰੀਬਨ 4-5 ਕਿਲੋਮੀਟਰ ਹੈ ਵੈਸਟ ਵਾਲੀ ਸਾਈਡ ਦੇ ਉੱਤੇ ਇਹ ਬਾਬਾ ਜੀ ਲੁਧਿਆਣੇ ਤੋਂ ਆਏ ਨੇ ਔਰ ਆਪਣੇ ਖੋਰੇ ਸੱਚ 47 ਦੇ ਸੁਣਾ ਰਹੇ ਸਨ ਫਿਰ ਵਾਸਤੇ ਰੱਬ ਰਾਖਾ